ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਟਾਪ 20 ਟਿਪਸ ਮੇਰਾ ਚੈਨਲ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਈਆਂ ਜੀ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ ਤਿੰਨ-ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਕੇ ਦੋ ਕੁੰਡੇ ਰੱਖ ਲੈਣੇ ਜੀ ਫालतू ਚਲੋ ਜੀ ਆਪਾਂ ਡਿਜ਼ਾਈਨ ਕਰਦੇ ਹਾਂ ਸ਼ੁਰੂ ਡਿਜ਼ਾਈਨ ਬਣ ਕੇ ਹੋਊਗਾ ਜੀ ਇਸ ਤਰ੍ਹਾਂ ਤਿਆਰ ਚਲੋ ਜੀ ਆਪਾਂ ਦੇਖਦੇ ਹਾਂ ਕਿਵੇਂ ਬਣਦਾ ਹੈ ਇਹ ਡਿਜ਼ਾਈਨ ਪਹਿਲਾ ਇੱਕ ਕੁੰਡਾ ਆਪਾਂ ਉਲਟਾ ਬੁਣ ਲਿਗੇ ਪਾਵੇਂ ਆਪਾਂ ਬਿਨਾ ਬੁਣਿਆ ਉਤਾਰ ਲਿਗੇ ਉਸ ਤੋਂ ਅੱਗੇ ਜਿਹੜੇ ਤਿੰਨ ਕੁੰਡੇ ਆ ਉਹਨਾਂ 'ਚ ਡਿਜ਼ਾਈਨ ਬਣਨਾ ਹੈ ਜੀ ਜਿਹੜਾ ਪਹਿਲਾ ਕੁੰਡਾ ਹੈ ਜੀ ਇਹਨੂੰ ਇਸ ਤਰ੍ਹਾਂ ਛੱਡ ਕੇ ਇਹਦੇ ਕੋਲੋਂ ਦੀ ਇਸ ਤਰ੍ਹਾਂ ਆਏ ਬੁਣ ਲੈਣਾ ਜੀ ਇਹਨੂੰ ਫਿਰ ਆਪਾਂ ਨੇ ਧਾਗਾ ਇੱਧਰ ਕਮਾ ਕੇ ਆਹ ਕੁੰਡਾ ਉਲਟਾ ਬੁਣ ਲੈਣਾ ਜਿਹੜੇ ਇਸ ਤੋਂ ਅੱਗੇ ਦੋ ਕੁੰਡੇ ਆ ਜੀ ਉਹਨਾਂ ਨੇ ਆਪਾਂ ਨੇ ਦੋਨਾਂ ਦਾ ਇੱਕ ਬਣਾ ਦੇਣਾ ਉਹਨਾਂ ਨੂੰ ਐਸਟਰਾ ਆ ਦੇਖੋ ਜੀ ਕੁੰਡੇ ਤਿੰਨ ਦੇ ਤਿੰਨ ਰਹਿ ਗਏ ਫੇਰ ਆਪਾਂ ਧਾਗਾ ਪਿੱਛੇ ਘਮਾਇਆ ਆਹ ਕੁੰਡਾ ਜਿਹੜਾ ਅਗਲਾ ਇਹਦੇ ਕੋਲ ਦੀ ਇਸ ਤਰ੍ਹਾਂ ਕੱਢ ਲੈਣਾ ਇਹ ਕੁੰਡਾ ਜਿਹੜਾ ਸਿੱਧਾ ਦਿਖੂਗਾ ਆਪਾਂ ਨੂੰ ਫੇਰ ਧਾਗਾ ਘਮਾ ਕੇ ਆਹ ਕੁੰਡਾ ਜਿਹੜਾ ਆਪਾਂ ਨੇ ਇੱਕ ਉਲਟਾ ਬੁਣ ਲੈਣਾ ਫੇਰ ਜਿਹੜੇ ਆਪਣੇ ਕੋਲ ਦੋ ਕੁੰਡੇ ਅੱਗੇ ਇਹ ਆਪਾਂ ਨੇ ਦੋ ਦਾ ਇੱਕ ਬਣਾ ਦੇਣਾ ਆ ਦੇਖੋ ਜੀ ਤਿੰਨੇ ਦੇ ਤਿੰਨ ਕੁੰਡੇ ਫੇਰ ਪੂਰੇ ਫੇਰ ਆਪਾਂ ਨੇ ਧਾਗਾ ਪਿੱਛੇ ਘਮਾਇਆ ਆਹ ਕੁੰਡਾ ਜਿਹੜਾ ਆਪਾਂ ਨੇ ਇਹ ਨਹੀਂ ਬੁਣਨਾ ਇਹਦੇ ਕੋਲੋਂ ਦੀ ਇਸ ਤਰ੍ਹਾਂ ਕੱਢ ਲੈਣੀ ਸਲਾਈ ਆਹ ਕੁੰਡਾ ਬਣ ਗਿਆ ਇਹ ਫੇਰ ਆਪਾਂ ਨੇ ਧਾਗਾ ਇੱਧਰ ਘੁਮਾ ਕੇ ਇਹ ਕੁੰਡੇ ਨੂੰ ਆਪਾਂ ਨੇ ਉਲਟਾ ਬੁਣ ਲੈਣਾ ਜਿਹੜੇ ਇਸ ਤੋਂ ਅਗਲੇ ਦੋ ਕੁੰਡੇ ਆ ਜੀ ਇਹ ਆਪਾਂ ਨੇ ਇਕੱਠੇ ਬੁਣ ਲੈਣੇ ਫੇਰ ਆਪਾਂ ਨੇ ਉਸੇ ਤਰ੍ਹਾਂ ਪਿੱਛੇ ਧਾਗਾ ਘਮਾ ਕੇ ਆਹ ਕੁੰਡਾ ਪਨੇ ਇਸ ਤਰ੍ਹਾਂ ਇਸ ਦੇ ਕੋਲੋਂ ਦੀ ਕੱਢ ਲੈਣਾ ਫਿਰ ਧਾਗਾ ਇੱਧਰ ਘੁਮਾ ਕੇ ਆਹ ਕੁੰਡੇ ਨੂੰ ਉਲਟਾ ਪਾਉਣ ਲੈਣਾ ਫਿਰ ਆਪਾਂ ਨੇ ਦੋਨਾਂ ਦੇ ਇੱਕ ਬਣਾ ਦੇਣਾ ਕੁੰਡਿਆਂ ਦਾ ਪੂਰੀ ਸਲਾਈ ਆਪਾਂ ਨੇ ਇਸ ਤਰ੍ਹਾਂ ਹੀ ਪਾ ਲੈਣੀ ਜੀ ਇਹੇ ਡਿਜ਼ਾਈਨ ਆ ਜੀ ਜਿਹੜਾ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਬਣਦਾ ਉਲਟੇ ਪਾਸੇ ਤੋਂ ਵੀ ਇਸ ਤਰ੍ਹਾਂ ਹੀ ਪੁੰਨਾ ਆਪਾਂ ਨੇ ਸਿੱਧੇ ਪਾਸੇ ਤੋਂ ਵੀ ਬਹੁਤ ਸੋਹਣਾ ਲੱਗਦਾ ਜੀ ਇਹ ਡਿਜ਼ਾਈਨ ਆਪਾਂ ਬੱਚਿਆਂ ਦੀ ਕੋਟੀ ਸਵੈਟਰ ਵਿੱਚ ਪਾ ਸਕਦੇ ਆ ਫਿਰ ਆਪਾਂ ਇਹ ਬੱਚਿਆਂ ਦੇ ਦੋਨੋਂ ਪਾਸਿਆਂ ਨੂੰ ਪਾ ਸਕਦੇ ਆ ਸਵੈਟਰ ਕੋਟੀ ਕਿਉਂਕਿ ਬੱਚੇ ਗੰਦਾ ਜ਼ਿਆਦਾ ਕਰਦੇ ਆ ਇੱਕ ਦਿਨ ਆਪਾਂ ਦੂਜੇ ਪਾਸੇ ਨੂੰ ਪਾ ਦੋ ਤੇ ਇੱਕ ਦਿਨ ਦੂਜੇ ਪਾਸੇ ਨੂੰ ਇਸ ਤਰ੍ਹਾਂ ਆਪਣੇ ਦੋ ਦਿਨ ਨਿਕਲ ਜਾਂਦੇ ਆ ਆ ਦੇਖੋ ਜੀ ਅਖੀਰ ਵਿੱਚ ਆਪਣੇ ਕੋਲ ਇੱਕ ਕੁੰਡਾ ਰਹਿ ਗਿਆ ਇਹਨੂੰ ਭਾਵੇਂ ਉਲਟਾ ਬੁਣ ਲਓ ਭਾਵੇਂ ਆਪਾਂ ਬੁਣ ਲਓ ਸਿੱਧਾ आ अच्छा सिलाई अपनी कंप्लीट हो गई हम आप आके उल्टी सिलाई तो उल्टी सिलाई अपने फिर उस तरह पहला कुंडा उल्टा उस तो बाद अपने पिछे कमा के आह कुा जहाँ दिखता अपन सीधा ये कोलो दी इस तरह कट लेना अपने। ने ढिला जहा रख के थोड़ा जा। फिर अपने ने धागा इधर कमाया आ, आ जोड़े दो कुंडे अगले हैं ਇਹ ਲਾਈਨ ਨੂੰ ਆਪਾਂ ਨੇ ਉਲਟਾ ਬੁਣ ਲੈਣਾ ਇੱਕ ਕੁੰਡੇ ਨੂੰ ਫਿਰ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਨੇ ਇੱਕੋ ਵਾਰੀ ਚ ਦੋ ਨੂੰ ਬੁਣ ਦੇਣਾ ਕੁੰਡੇ ਆਪਣੇ ਤਿੰਨ ਦੇ ਤਿੰਨ ਰਹਿ ਜਾਣੇ ਫਿਰ ਉਸੇ ਤਰ੍ਹਾਂ ਆਹ ਦੇਖੋ ਜਿਹੜਾ ਆ ਕੁੰਡਾ ਸਿੱਧਾ ਦਿਖਦਾ ਆਪਾਂ ਨੂੰ ਇਹ ਆਪਾਂ ਨੇ ਉਧਰ ਹੀ ਸਲਾਈ ਦੀ ਦੋ ਤੋਂ ਇੱਕ ਬਣਾਇਆ ਤਾਂ ਹੁਣ ਇਹ ਇੱਕ ਕੁੰਡਾ ਹੀ ਆਹ ਇਹ ਆਪਾਂ ਨੇ ਇੱਥੋਂ ਦੀ ਕੋਲੋਂ ਦੀ ਸਲਾਈ ਕੱਢ ਕੇ ਇਸ ਤਰ੍ਹਾਂ ਬਣਾ ਲੈਣਾ ਜ਼ਿੱਲਾ ਜ ਫਿਰ ਇਹਨੂੰ ਇੱਧਰ ਘੁਮਾ ਕੇ ਇਹ ਕੁੰਡੇ ਨੂੰ ਉਲਟਾ ਬੁਣ ਲੈਣਾ ਜਿਹੜਾ ਇਸ ਤੋਂ ਅਗਲੇ ਕੁੰਡੇ ਆ ਦੋ ਉਹਨਾਂ ਦਾ ਆਪਾਂ ਨੇ ਇੱਕ ਬਣਾ ਦੇਣਾ ਦੋਨਾਂ ਪਾਸਿਆਂ ਤੋਂ ਇੱਕੋ ਤਰ੍ਹਾਂ ਬੁਣ ਹੋਣਾ ਜੀ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਬਹੁਤ ਸੌਖਾ ਜੀ ਇਹ ਡਿਜ਼ਾਈਨ ਬਣ ਕੇ ਬਹੁਤ ਪਿਆਰਾ ਲੱਗਦਾ ਬਹੁਤ ਦੇਰ ਤੋਂ ਮੈਂ ਕੋਈ ਵੀਡੀਓ ਨਹੀਂ ਪਾਈ ਜੀ ਹੁਣ ਜਿੰਨੀਆਂ ਵੀਡੀਓ ਹੋ ਸਕਿਆ ਉਹਨੀਆਂ ਪਾਉਂਗੀ ਜੀ ਤੁਹਾਡੇ ਵਾਸਤੇ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਉਂਗੀ ਮੈਂ ਆਹ ਦੇਖੋ ਜੀ ਤਿੰਨ ਦੇ ਤਿੰਨ ਕੁੰਡੇ ਰਹੀ ਜਾਣੇ ਇਹ ਘਟਣਾ ਵਧਣਾ ਕੋਈ ਨਹੀਂ ਜਿਹੜਾ ਆਪਾਂ ਨੇ ਇੱਕ ਅਗਲੀ ਸਾਈਡ ਆਪਾਂ ਨੇ ਇਸ ਤਰ੍ਹਾਂ ਕੱਢ ਕੇ ਆਹ ਦੇਖੋ ਜੀ ਇਸ ਤਰ੍ਹਾਂ ਕੱਢ ਕੇ ਆਪਾਂ ਨੇ ਇੱਕ ਕੁੰਡਾ ਆਪਣਾ ਵਧ ਗਿਆ ਇਹ ਅਤੇ 3 ਤੋਂ 4 ਬਣ ਗਏ ਦੇਖੋ 1 2 3 ਆ ਚੌਥਾ ਫਿਰ ਆਪਾਂ ਨੇ ਇੱਧਰ ਧਾਗਾ ਘੁਮਾ ਕੇ ਜਿਹੜਾ ਆਹ ਕੁੰਡਾ ਇਹਨੂੰ ਇਕੱਲੇ ਨੂੰ ਉਣ ਲੈਣਾ ਜਿਹੜੇ ਉਸ ਤੋਂ ਅਗਲੇ ਦੋ ਆ ਜੀ ਉਹਨਾਂ ਨੂੰ ਇਕੱਠਿਆਂ ਨੂੰ ਉਣ ਦੇਣਾ ਇਸ ਤਰ੍ਹਾਂ ਦੋਨਾਂ ਪਾਸਿਆਂ ਤੋਂ ਡਿਜ਼ਾਈਨ ਇੱਕੋ ਜਿਹਾ ਹੀ ਬਣਦਾ ਜੀ ਇੱਕੋ ਤਰ੍ਹਾਂ ਬੁਣ ਹੋਣਾ ਇਹ ਬੱਚਿਆਂ ਦੇ ਕੋਟੀ ਸਵੈਟਰ ਵਿੱਚ ਪਾਓ ਆਪਣੀ ਕੋਟੀ ਜੈਕਟ ਵਿੱਚ ਪਾਓ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਬਣ ਕੇ ਬਹੁਤ ਵਧੀਆ ਲੱਗਦਾ ਹੈ ਦੋਨਾਂ ਪਾਸਿਆਂ ਤੋਂ ਦੇਖੋ ਡਿਜ਼ਾਈਨ ਬਣਾ ਕੇ ਜਰੂਰ ਦੇਖਿਓ ਜੀ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਇਕ ਕਰਿਓ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ